ਸੌ ਸਿਆ ਜਾ ਚੀਜ਼ਾਂ ਰਾ ਮਾਰਨ ਲੱਗੀਆਂ ਇੱਥੇ ਜ਼ਮੀਨ 'ਤੇ। ਤੁਹਾਨੂੰ ਪਹਿਲੇ ਚੀਜ਼ਾਂ ਦਿਖਾ ਦਈਏ ਅਤੇ ਫਲੇ ਫਲਾਂ ਦਿਖਾ ਦਈਏ। ਆਹੋ ਪੰਜ ਕੁੜਾ ਫਲਾ ਵੈ ਚੀਜ਼ਾਂ ਰਾ। ਉਸ ਤੋਂ ਬਾਅਦ ਤੁਹਾਨੂੰ ਅਸੀਂ ਟੈਸਟ 1990 ਮਾਡਲ ਆ ਉਹਦਾ ਵਿਜ਼ਿਟ ਕਰਾਉਂਦੇ ਹਾਂ। ਦੇਖੋ 375 MF ਆ। ਇਹ ਨਾਲ ਅਸੀਂ ਲੱਗੇ ਹਾਂ ਚੀਜ਼ਰ ਮਾਰਨ ਅਤੇ ਹੁਣ ਤੁਹਾਨੂੰ ਉਸ ਚੀਜ਼ਰ ਦੇ ਦਿਖਾਉਂਦੇ ਕਿ ਚੀਜ਼ਰ ਦੇ ਟੈਸਟ ਕਿੰਨੀ ਤਾਕਤ ਆ, ਕਿ ਚੀਜ਼ਰ ਕਿੱਦਾਂ ਖਿੱਚਦਾ, ਕਿੰਨਾ ਨਹੀਂ ਖਿੱਚਦਾ, ਨਹੀਂ ਖਿੱਚਦਾ। 375 MF ਆ, ਯਾਨੀ ਕਿ ਬੜਾ ਓਲਡ ਬੁਲਡਾ ਟੈਸਟਰ ਆ, ਲੇਕਿਨ ਡਰਾਈਵਰੀ ਮਾਸ਼ਾਅੱਲਾ ਯੰਗ ਡਰਾਈਵਰ ਦਿੱਤੀ ਆ। ਅਤੇ ਆ ਤੁਸੀਂ ਦੇਖਦੇ ਪਏ ਹੋ ਕਿ ਚੀਜ਼ਰ ਸੁੱਕੀ ਜ਼ਮੀਨ ਆ ਬਿਲਕੁਲ, ਕਮਾਦ ਤੋਂ ਬਾਅਦ ਇੱਥੇ ਕੋਈ ਪਾਣੀ ਨਹੀਂ ਲਾਇਆ ਗਿਆ। ਲੇਕਿਨ 3-3.5 ਮਹੀਨੇ ਹੋਏ ਕੋਈ ਪਾਣੀ ਨਹੀਂ, ਬਾਰਿਸ਼ ਨੇ ਮਾੜੀ ਹਲਕੀ ਨਮੀ, ਜਿਹੜੀ ਬਾਰਿਸ਼ ਹੋਈ 2 ਦਿਨ ਪਹਿਲੇ ਉਹਨਾਂ ਨਮੀ ਆ, ਬਾਕੀ ਸੁੱਕੀ ਸੁੱਕੀ ਬਿਲਕੁਲ ਜ਼ਮੀਨ ਪੱਟ ਰਹੇ ਹਾਂ ਅਸੀਂ। ਤੁਹਾਨੂੰ ਅਸੀਂ ਹੁਣ ਚੀਜ਼ਰ ਦੀ ਪਟਾਈ ਦਿਖਾਉਂਦੇ ਹਾਂ ਕਿ ਚੀਜ਼ਰ ਕਿੰਨਾ ਪੱਟ ਰਿਹਾ ਵਾ। 5-5 ਦਾ ਚੀਜ਼ਰ ਆ, ਤੁਹਾਡੇ ਸਾਹਮਣੇ ਦੇਖੋ ਜੀ, ਪਟਾਈ ਮਾਸ਼ਾਅੱਲਾ ਠੀਕ ਕਰ ਰਿਹਾ ਵਾ ਬਿਲਕੁਲ। ਟਰੈਕਟਰ ਦਾ ਇਸ ਟਾਈਮ ਫੁੱਲ ਜ਼ੋਰ ਲੱਗਣ ਡਿਆ ਵਾ ਕਿਉਂਕਿ ਜ਼ਮੀਨ ਸੁੱਕੀ ਆ। ਤੁਹਾਨੂੰ ਪਟਾਈ ਤੁਸੀਂ ਦੇਖਦੇ ਪਏ ਕਿੰਨੇ ਮੋਟੇ ਮੋਟੇ ਜ਼ਮੀਨ ਦੀ ਪਟਾਈ ਕਰਨ ਡਿਆ ਵਾ, ਮੋਟੇ ਮੋਟੇ ਮਿੱਟੀ ਦੇ ਡੜੇ ਦੜੇ ਜਿਹੇ ਬਾਹਰ ਨਿਕਲਦੇ ਆ ਰਹੇ ਆ। ਲੱਗਦਾ ਨਹੀਂ ਗੱਡੀ ਦਾ ਜ਼ੋਰ, ਛੋਟੀ ਗੱਡੀ 'ਤੇ ਕੰਮ ਹੈ ਨਹੀਂ ਇੱਥੇ ਬਾਈ, ਵੱਡੀ ਗੱਡੀ 'ਤੇ ਹੀ ਕੰਮ ਆ। ਚੀਜ਼ਰ ਮਾਰੀ ਪਈ ਹੈ, ਛੋਟੀ ਗੱਡੀ ਦਾ ਘੂਠਣੀ ਨਹੀਂ ਹੱਟਦੀ ਹੁੰਦੀ ਤਾਂ ਉਹਦੇ ਚੀਜ਼ਰ ਉਹਨੇ ਕੀ ਮਾਰਨਾ ਮੈਨੂੰ ਦੱਸੋ ਤੁਸੀਂ। ਹਾਂ ਦੇਖੋ ਤਾਂ ਉਹਦੇ ਪਹਿਲਾ ਚੀਜ਼ਰ ਮਾਰਨ ਨਏ ਹੈ, ਯਾਨੀ ਕਿ ਸਿੰਗਲ ਚੀਜ਼ਰ ਮਾਰਨ ਨਏ ਆ, ਡਬਲ ਐਸ ਤੋਂ ਬਾਅਦ ਮਾਰਨਾ ਵਾ। ਇਹ ਸਿੰਗਲ ਚੀਜ਼ਰ ਦੇਖੋ ਲੋਕ ਕਿੰਨਾ ਮੁਸ਼ਕਲ ਹੋ ਰਿਹਾ ਮਾਰਨਾ। ਗੱਡੀ ਮਾਸ਼ਾਅੱਲਾ ਤਕੜੀ ਆ, ਪਾਵਰਫੁੱਲ ਗੱਡੀ ਆ ਜਿਹੜੀ ਆ ਚੀਜ਼ਰ ਨੂੰ ਖਿੱਚੀ ਪਈ ਆ। ਕੋਈ ਛੋਟੀ ਗੱਡੀ ਹੁੰਦੀ ਉਹਨੇ ਨਹੀਂ ਖਿੱਚਣਾ ਸੀ ਚੀਜ਼ਰ ਨੂੰ। ਦੋਸਤੋ ਤੁਸੀਂ ਇਸ ਟਾਈਮ ਟਰੈਕਟਰ ਦੇ ਹਾਲਾਤ ਦੇਖਦੇ ਪਏ ਹੋਣੇ, ਅਤੇ ਕੱਪੜੇ ਕੁੱਪੜੇ ਕੋਈ ਨਹੀਂ ਗਏ, ਬਸ ਖੱਡੀਆਂ ਹੀ ਖੜੀਆਂ ਇਕੱਲੇ, ਯਾਨੀ ਕਿ ਇੰਜਣ ਹੀ ਖੜਾ ਵਾ, ਸੈਡਾਂ ਵਾਲੇ ਟਾਪੇ ਟੁੱਪੇ ਗਏ ਵਾ ਬਿਲਕੁਲ। ਲੇਕਿਨ ਤੁਸੀਂ ਗੱਡੀ ਦੇ ਕੱਪੜਿਆਂ ਨਹੀਂ ਜਾਣਾ, ਗੱਡੀ ਦੇ ਕੰਮ ਵੱਲ ਤੁਸੀਂ ਦੇਖਣਾ ਕਿ ਮਾਸ਼ਾਅੱਲਾ ਗੱਡੀ ਕਿੰਨਾ ਜ਼ੋਰ ਵਾਲਾ ਕੰਮ ਕਰਨ ਲਈ, ਪਾਵਰ ਤਕੜੀ ਗੱਡੀ ਆ। ਜੇ ਆਪ ਆ ਲੈ ਵੀ ਦੇਖ ਲਵੋ ਆ ਲੱਗੇ ਕਿੱਦਾਂ ਆ ਗਿਆ। ਗੱਡੀ ਦਾ ਹੀ ਫੁੱਲ ਜ਼ੋਰ ਲੱਗਣ ਡਿਆ, ਸੰਸਰ ਥਾਣੀ ਧੂੰਆਂ ਚੱਲਣ ਡਿਆ, ਸੰਸਰ ਵੀ ਧੂੰਆਂ ਨਿਕਲੀ ਪਿਆ ਵੀ ਫੁੱਲ, ਇੰਨਾ ਜ਼ੋਰ ਲੱਗਣ ਡਿਆ ਗੱਡੀ ਦਾ। ਦੋਸਤੋ ਅਸੀਂ ਬੜੀ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਹੁੰਦੇ ਹਾਂ, ਸਾਡੀ ਤੁਹਾਡੇ ਦੋਸਤਾਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਸਾਡੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਦੇਖਿਆ ਕਰੋ, ਤਾਂ ਕਿ ਜੋ ਤੁਸੀਂ ਸਾਡੀ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੇਗਾ ਅਸੀਂ ਕਿਸ ਚੀਜ਼ 'ਤੇ ਵੀਡੀਓ ਬਣਾ ਰਹੇ ਹਾਂ ਅਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੀ ਸੀਗਾ। ਅਤੇ ਨਾਲੇ ਤੁਸੀਂ ਵਿੱਚ ਵਿੱਚ ਸਾਨੂੰ ਆਪਣੀ ਆਪਦੇ ਕਮੈਂਟਸ ਪਰ ਸਾਨੂੰ ਰਾਏ ਵੀ ਦੇ ਦਿਆ ਕਰੋ ਕਿ ਸਾਡੀ ਵੀਡੀਓ ਕਿੱਦਾਂ ਦਾ ਰਹੀ ਲੱਗੀ ਤੁਹਾਨੂੰ, ਅਤੇ ਅਸੀਂ ਮਜ਼ੀਦ ਅੱਗੇ ਅੱਛੀ ਵੀਡੀਓ ਕਿੱਦਾਂ ਬਣਾ ਸਕਦੇ ਹਾਂ, ਉਹ ਤੁਸੀਂ ਆਪਦਾ ਮਸ਼ਵਰਾ ਸਾਨੂੰ ਤੁਸੀਂ ਦੇ ਸਕਦੇ ਹੋ। ਇਨਸ਼ਾਅੱਲਾ ਅਸੀਂ ਤੁਹਾਡੇ ਮਸ਼ਵਰੇ 'ਤੇ ਅਮਲ ਕਰਾਂਗੇ ਬਿਲਕੁਲ।
दोस्तों।